सत श्री अकाल जी, मेरे वालों भी सारिया सत श्री अकाल जी। मैं कढ़न लगा है जूस, इधर बन लगी है गोभी, आप कढ़न गए जूस। दोस्तों आप अज हो गए ही लेट दुकान तो, इस करके पंजाबी बोले ना मैं इंग्लिश विच अड़दा सी, मेरी लुक ते मरदी सी ते मैं ओदे लक ते मरदा सी। इंग्लिश बोलना पाया, इंग्लिश बोलना ला गोभी कटा ली वाणी। ए कहंदी जी स्कूल लेन जाना सी इनू, इनू एना मुंह दिखाई माड़ा जाया पड़ा है। आया जी बड़ी सख्ता करो पता फिर लगता पूरे लाने एक तो बन दे फिर किन्ने यार, एक गोभी वांगू हुंदे, गोभी उपर हुंदी है ते विच हुंदे आलू वांगू, आलू नहीं हुंदे देखे तू आहो उपर एह पत्ते होंगे थले पटाई खिचने पे जो मूलियां खिचनी पड़िया शलगम देखे लगते नहीं मैं तो रहना है बंगाल चलो सेम मुद्दे लगने मैं तो बंगाली हाँ मैनू की पता शलगम कितने लगते हैं जे किसी पता हो तो कमेंट बॉक्स में जरूर दस्यो शलगम कितने लगते हैं गल्ला ही होनी तुम ना पता नहीं की लगता कितने सिद्धू मूसे वाला तू देखा ही नलका गुरुद्वारे जा गया वीडियो देखी होनी इन्हें उथे नलका होना आ गेट दा नहीं पानी एक वीडियो च अच्छा सिद्धू मूसे वाले गाने चुना किते आहो ओ देखया है गाना देखया सिद्धू मूसे वाले वीर दा ओदे विच देखया होना बेटी हगी ने इहनू गाने बड़े पसंद आ सिद्धू मूसे केड़ा गाना गाणा होंदा है सिद्धू मूसे वाले सुनाई सारी उम्र वाला सुनाई हुंदी है सारी उम्र तू बापू एला करया रोज तू आ गए मेरेया पुत हुण तेरा इन्ने जोगा हो गया है हाय मेरी आवाज तुहानू प्यारी लगी तां प्लीज कमेंट नहीं लगी मुसीबत मरदा दुनिया तो बाद लेंदी है
अगर किसी ने सजन लैके जाना हो सिंगर वास्ते गाने नहीं लैके चल जा सकते अनार बंब ਇਹਨੂੰ ਛਿੱਲਣ ਦਾ ਸੌਖਾ ਤਰੀਕਾ ਨਰਮ ਬੰਬ ਯਾਰ ਤੁਸੀਂ ਜਲਦੀ ਉਹ ਕੱਢੋ ਜੂਸ ਪਾਪਾ ਨਾਲ ਖਾਣਾ ਨਾ ਰੋਟੀ ਖਾਣੀ ਹੈ 1 1 1 1 2 3 4 5 ਸਾਹ ਤੋਂ ਕੋਲੀ ਲੈ ਕੇ ਇੱਕ ਚੱਕ ਸੰਤਰਿਆਂ ਨੂੰ ਇਦਾਂ ਕਰ ਲਓ ਜੀ ਇਹਨੂੰ ਠੀਕ ਆ ਜੀ ਸੰਤਰਿਆਂ ਨੂੰ ਇਦਾਂ ਕਰਕੇ ਸੰਤਰਿਆਂ ਨੂੰ ਸਾਰੇ ਪਾਸੇ ਛਿੱਲ ਦੋ ਇਹਨੂੰ ਜੀ ਬਾਅਦ ਚ ਇਹਦੀ ਗ੍ਰਿਪ ਕੱਢ ਦੋ ਇਹਦੇ ਵਿੱਚ ਇਦਾਂ ਇਦਾਂ ਗ੍ਰਿਪ ਕੱਢ ਦੋ ਇਹਦਾ ਇਸ ਤਰ੍ਹਾਂ ਗ੍ਰਿਪ ਕੱਢ ਕੇ ਆ ਦੇਖੋ ਜੀ ਅਨਾਰ ਆਰਾਮ ਨਾਲ ਛਿੱਲੇ ਜਾਊਗਾ ਤੁਹਾਡੇ ਤੋਂ ਗਤਲੀ ਵਾਂਗੂ ਭਲਾ ਛਿੱਲ ਲਓ ਦੇ ਦੋ ਥੋੜਾ ਜਿਹਾ ਰੱਖ ਲਓ ਦੇ ਦੋ ਬੋਲਦੇ ਗੋਭੀ ਸਾਰੀ ਕਰ ਲਵਾਂ ਦੇਖਿਓ ਗੋਭੀ ਕਿੰਨੀ ਕ ਕਰਨੀ ਮਿੱਤਰਾ ਗੋਭੀ ਸਾਰੀ ਕਰ ਲਾ ਤੂੰ ਵੇ ਮਿੱਤਰਾ ਕੀ ਕਰਨੀ ਸਾਰੀ ਕਰਕੇ ਹੁਣ ਕਿੰਨੇ ਕ ਜਾਣੇ ਇੱਥੇ ਖਾਣ ਵਾਲੇ ਨੇ ਦੇਖ ਲੈ ਤੂੰ ਆਪੇ ਸਭ ਲਾ ਕੇ ਮਿੱਤਰਾ ਜਾਨਨੇ ਕੋਲੀ ਲੈ ਕੇ ਯਾਰ ਬੇਟੀ ਪਾਗਲ ਬਣਾਇਆ ਏ ਗੋਭੀ ਕਿੰਨੀ ਖਾਣੀ ਦਰਵਾਜ਼ੇ ਵਿੱਚ ਵੋੜ ਚੱਕੀ ਫਿਰਦੇ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੂੰ ਗੋਭੀ ਖਾ ਕੇ ਦੇਖਾਂ ਅੱਜ ਅਸੀਂ ਬਣਾਉਣ ਗਏ ਜੀ ਗੋਭੀ ਦੀ ਸਬਜ਼ੀ ਉਹ ਵੀ ਤਲ ਕੇ ਬਣਾਵਾਂਗੇ ਤੇ ਇੱਧਰ ਮੈਂ ਬਣਾ ਰਿਹਾ ਜੀ ਜੂਸ ਕ ਤੜਕਾ ਅੰਗ ਅੰਗ ਫੜਕਾ ਜੂਸ ਕ ਤੜਕਾ ਅੰਗ ਅੰਗ ਫੜਕਾ ਉਦਾਂ ਮੈਂ ਕਹਿੰਦੀ ਮੌਸਮ ਦੇ ਚੇਂਜ ਆ ਗਏ ਖਰਾਬ ਨਹੀਂ ਹੋਈ ਚੀਜ਼ ਹਨਾ ਕੀ ਆ ਖਰਾਬ ਥੋੜੀ ਹੋਈ ਜੀ ਨਾ ਮੌਸਮ ਨੂੰ ਫਰਕ ਪੈਣਾ ਹੀ ਆ ਹੁਣ 2 ਦਿਨ ਤੇ ਉਹ 2 ਦਿਨ ਹੋ ਗਏ ਪਈਆਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਇੱਥੇ ਫੜ ਥੱਲੇ ਲਾਉਣਾ ਚਾਹੁੰਦੇ ਨੇ ਚਲ ਸਹਿ ਤੂੰ ਅੱਗ ਤਾਂ ਬਾਲ ਯਾਰ ਜਾ ਕੇ ਸਹਿ ਜਾ ਅੱਗ ਬਾਲ ਕੇ ਤੂੰ ਨਹੀਂ ਮੈਨੂੰ ਸਾਲ ਲੈ ਲੈ ਲੋਕੀ ਤਰਸਦੇ ਆ ਜਿਹਨਾਂ ਨੂੰ ਨਹੀਂ ਮਿਲਦਾ ਨਾ ਪੁੱਛ ਤੈਨੂੰ ਡਰਾਮੇ ਹੋਏ ਤੈਨੂੰ 10 ਰੁਪਏ ਦੀ ਫਰੂਟੀ ਨੂੰ ਵੀ ਤਰਸੀਦਾ ਸੀ ਕੁਲਫੀ ਨੂੰ ਵੀ ਤਰਸੀਦਾ ਸੀ ਤੇ ਤੂੰ ਭੂਹੇ ਚੜੀ ਆ ਉਸਲੇ ਕਹੀਦਾ ਇਹ ਕੁਲਚੇ ਮਿਲ ਜਾਵੇ ਨਾ ਜਦੋਂ ਕੁਲਚੇ ਵਾਲੇ ਨੇ ਆਉਣਾ ਕਹਿਣਾ ਓਏ ਇਹ ਕੁਲਚਾ ਆਉਣਾ ਵੈਸੇ ਨਹੀਂ ਹੋਣੇ ਮਨ ਮਾਰ ਲੈਣਾ ਚਲੋ ਹੁਣ ਤਾਂ ਹੈਗੇ ਹੀ ਆ ਹੁਣ ਹੈਗੇ ਹੋਰ ਨਹੀਂ ਦੇਖਣੇ ਪੈਣੇ ਤੇਰੇ ਖਰਚੇ ਨਹੀਂ ਹੈਗੇ ਸਕੂਲਾਂ ਦੇ ਤੂੰ ਕਿਤੇ ਫ੍ਰੀ ਪੜ੍ਹਦੀ ਆ ਸਕੂਲਾਂ ਦੇ ਤੇਰੇ ਤੇਰੇ ਖਾਣ ਦੇ ਮੂੰਹ ਤੂੰ ਤਾਂ ਕਹਿੰਦਾ ਚੱਲਦਾ ਹੀ ਰਵੇ ਉਹ ਕਿੰਨਾ ਚੱਲਣਾ ਪੈਸੇ ਆਣੇ ਚੱਲਣਾ ਵੇ ਹੁਣ ਗੱਲ ਨਹੀਂ ਹੋਣੀ ਇਹਨੂੰ ਕੋਈ ਕਰਦੀ ਆ ਕਰਦੀ ਆ ਗਾਇਸ ਆ ਦੇਖੋ ਗਾਇਸ ਅਸੀਂ ਅਨਾਰ ਛਿੱਲ ਲਏ ਤੇ ਕੀ ਕਹਿੰਦੇ ਨੇ ਚਕੰਦਰ ਚਕੰਦਰ ਵੀ ਛਿੱਲ ਲਈ ਆ ਤੇ ਹੁਣ ਕਿੰਨੇ ਅਨਾਰ ਇੱਕ ਅਨਾਰ ਹੋਰ ਛਿੱਲਦੀ ਇਹਨੇ ਚਕੰਦਰ ਜ਼ਿਆਦਾ ਛਿੱਲਦੇ ਨੇ ਅਨਾਰ ਕਰੋ ਯਾਰ ਚਕੰਦਰ ਫੇਰ ਪੈ ਜੂਗੀ ਚਕੰਦਰ ਤੂੰ ਕੱਢ ਪਾਉਣੀ ਆ ਹੋਰ ਕਿੰਨੀ ਰਹਿ ਗਈ ਆ ਤਾਂ ਅਨਾਰਾਂ ਜੀ ਪਾਉਣੀ ਆਪਾਂ 4 ਪੀਸ ਰਹਿ ਗਏ 4 ਹੀ ਅਨਾਰ 5 ਪੀਸ ਆ ਚਕੰਦਰ 5 ਚਕੰਦਰ 5 ਅਨਾਰ ਆ ਇੱਕ ਬਸ ਹੁਣ ਨਹੀਂ ਕੁਝ ਵੀ ਲੈਣਾ ਨਾ ਖਾਣੇ ਜੂਸ ਕੱਢਣਾ ਤੇ ਬਾਅਦ ਚ ਕੱਢ ਕੇ ਦੇਣਾ ਵੱਖਰੇ ਠੀਕ ਆ ਵੱਖਰੇ ਕਰਕੇ ਦੇ ਦੇ ਉਹਦਾ ਜੂਸ ਕੱਢਣਾ ਫੇ ਮੈਨੇ ਰਹੀ ਜਾਂਦਾ ਉੱਤੇ ਓਏ ਨਹੀਂ ਅੱਗ ਤੇ ਲਾ ਪਾਲੀ ਮੈਂ ਨਹੀਂ ਕਿੰਦਰ ਗਾਲਾ ਕਰ ਦੇਖਿਆ ਮੈਂ ਜਦੋਂ ਇਹ ਨਿਕਲਦੇ ਨੇ ਪਰ ਮੈਂ ਤਾਂ ਗਾ ਦੇਣਾ ਕਿਉਂ ਤਾਂ ਕਰਦਾ ਹੈ ਦਾਦੀ ਨੂੰ ਹੋਰ ਕੰਨੂ ਤੇ ਮੈਨੂੰ ਸਿਆ ਨੋ ਆਪਣੇ ਆਪ ਹੀ ਪਤਾ ਲੱਗ ਗਿਆ ਤੁਹਾਨੂੰ ਤਾਂ ਜਾਂਦਾ ਉਹ ਅੱਗ ਚਗੜੀ ਉਹ ਤਗੜੀ ਆ ਗਾ ਜੀ ਇਹ ਸਾਡੇ ਹੈਗੇ ਨਾੜ ਅਨਾੜ ਸੱਸੇ ਦੇ ਅਨਾੜ ਬੋਲਦੇ ਹੁੰਦੇ ਆੜ ਐੜੇ ਦੇ ਅਨਾੜ ਹੋਦੇ ਐੜਾ ਅੱਖ ਐੜਾ ਅੱਖ ਐੜਾ ਅੱਖ ਚੰਗਾ ਮਿੱਤਰੋ ਅਸੀਂ ਹੁਣ ਚੱਲੇ ਹਾਂ ਜੂਸ ਕੱਢਣ
ਤੇ ਤੁਹਾਨੂੰ ਜੂਸ ਕੱਢ ਕੇ ਫੇਰ ਹੀ ਦਿਖਾਉਂਦੇ ਆ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ। ਗਿਆ ਜੀ ਜੂਸ ਕੱਢਣ, ਆ ਵੇਖੋ ਰੈੱਡ ਰੈੱਡ। ਹੁਣ ਆਪਾਂ ਲੈ ਭਾਈ ਚਕੰਦਰ ਇਹ ਕੱਢਦੇ ਹੁੰਦੇ ਬਈ ਜੂਸ, ਮੈਨੂੰ ਤਾਂ ਕੱਢਣਾ ਕੁੱਢਣਾ ਨਹੀਂ ਆਉਂਦਾ। ਮੈਂ ਤਾਂ ਇੱਕ ਦਿਨ ਬਰਾਨਾ ਸ਼ੇਕ ਕੱਢ ਕੇ ਵੀ ਕੰਮ ਖਰਾਬ ਕਰ ਲਿਆ, ਇਹਨਾਂ ਨੂੰ ਸਵਾਦ ਨਹੀਂ ਲੱਗਾ। ਚਕੰਦਰ ਪਾਰਟੀ ਵਿੱਚ ਪਹਿਲੇ ਪਾਵਾਂਗੇ ਚਕੰਦਰ। ਕਿਹੜਾ ਟਕ ਟਕ ਹੁੰਦੀ ਆ ਨਾ, ਕਿੱਦਾਂ ਲਾਲ ਹੋ ਗਿਆ। देखो असी सारिया चकंदर जड़िया पाती हूँ, आप जो थोड़े मोटे नाल बचे वह भी पा के सख्त है ना, ये दंदा ना मसी चप हों। ये कड़ा बीज ही बेचे ना दूजे बिलकुल देसी तरीके कैंट जूस बहुत ही हेल्दी चीज होंगी पीने वास्ते। ਉਹਦਾ ਤਾਂ ਮਾਰਨਿੰਗ ਟਾਈਮ ਖਾਲੀ ਪੇਟ ਪੀਣਾ ਚਾਹੀਦਾ। ਆਪਾਂ ਹੁਣ ਸਾਨੂੰ ਭੁੱਖ ਲੱਗੀ ਸੀਗੀ ਜ਼ਿਆਦਾ ਤੇ ਅਸੀਂ ਫਿਰ ਕਰ ਲਿਆ ਪਹਿਲੇ ਜੂਸ ਨਾਲ ਸਵੇਰ ਨੂੰ, ਉਹਦਾ ਵੀ ਕੱਢ ਕੇ ਜਲਦੀ ਦਾ ਕਿਉਂਕਿ ਤੁਹਾਨੂੰ ਪਤਾ ਉਹ ਚਰੰਦਰ ਤੇ ਨਾਚ ਨੂੰ ਉਹਨਾਂ ਟਾਈਮ ਲੱਗਦਾ। ਇਹਦੇ ਨਾਲ ਖੂਨ ਕਾਫੀ ਬਣਦਾ ਤੇ ਰੰਗ ਲਾਲ ਹੋ ਜਾਂਦਾ ਇਦਾਂ। ਆਟਾ ਤਾਂ ਹੁੰਦਾ ਨਹੀਂ, ਡੇਲੀ ਪੀਣਾ ਹੁੰਦਾ, ਇਦਾਂ ਹੀ ਹੁਣ ਇੱਕ ਦਿਨ ਪੀ ਲਿਆ। जूस कढ के नहीं पीना चंगा लगता, ओदा फ्रूट खाना सोहना लगता। लो जी आप जूस दस लिया हिप्पी, आप जी गोभी कट्टी कुटी हूं आप बनावे सब्जी का ब्लॉग आऊगा। इदू ब्लॉग ना ब्लॉग देख के अगला ब्लॉग नैक्सट ब्लॉग होगा गोभी की सब्जी। तो चैनल सबसक्राइब करो तो नैक्सट ब्लॉग भी जरूर देखियो। थैंक यू, बाय।